ਇਹ ਤੁਸੀਂ ਗਲਤ ਉਹਨਾਂ ਨੂੰ ਸਟੈਪ ਕਰਕੇ ਦਿਖਾਓਗੇ ਤੇ ਗਲਤ ਡਾਂਸ ਗਲਤ ਕਰੋਗੇ ਤੁਸੀਂ ਜਦੋਂ ਜੇ ਮੈਂ ਕਹਿਣ ਛਡਾਉ ਤੇ ਫਿਰ ਫਿਰ ਤੁਸੀਂ ਫਿਰ ਗਾਲ੍ਹਾਂ ਖਾਣੇ ਆ ਕਾ ਨਾ ਤਾਂ ਸੱਭਿਆਚਾਰ ਗ੍ਰੋਪਰ ਖਿਆਲ ਨਾ ਸਟੇਜ ਤੇ ਸਟੇਜ ਉੱਤੇ ਤੁਸੀਂ ਕੀ ਕਰਦੇ ਹੋ ਕਿਦਾਂ ਰੈਕਸ਼ਨ ਕਰਦੀਆਂ ਕੁੜੀਆਂ ਨੇ ਕਿਦਾਂ ਦੇ ਇਸ਼ਾਰੇ ਕਰਦੀਆਂ ਨੇ ਤੇ ਸਾਡੇ ਹੀ ਬੰਦੇ ਕਹਿੰਦੇ ਆ ਫੋਟੋ ਦਿਖਾ ਕੇ ਵੀ ਆਹ ਕੁੜੀ ਨਾਲ ਆਇਂਦਾ ਢਿੱਲਾ ਡਾਂਸ ਕਰਦੀ ਐ ਕੋਈ ਚੱਕ ਮਾਜਾ ਡਾਂਸ ਵਾਲੀ ਲੈ ਕੇ ਮੈਂ ਦੱਸਣਾ ਚਾਹੁੰਦਾ ਜ਼ਰੂਰ ਤਾਂ ਲੱਖ ਲੱਗਿਆ ਕਰਕੇ ਡਾਂਸ ਕਰਨੇ ਡਾਂਸ ਪਰ ਫਿਰ ਜਦੋਂ ਕੋਈ ਨੱਚਣ ਵਾਲੀ ਜਾਂ ਕੋਈ ਗਾਉਣ ਵਾਲੀ ਲੱਗੀ ਹੁੰਦੀ ਆ ਫਿਰ ਬੜੇ ਬਿਕਾਬੂ ਕਿਉਂ ਹੋ ਜਾਂਦੇ ਆ ਅਸੀਂ ਦੋ ਪੈਗ ਲਾ ਕੇ ਕੱਲ ਤਹਰਕਤਾ ਕਰਾਂਗੇ ਸਟੇਜ ਦੇ ਉੱਤੇ ਕੱਲ ਤਹ ਡਾਂਸ ਕਰਾਂਗੇ ਕੱਲ ਸਟੈਪ ਲਾਉਂਗੇ ਤੁਸੀਂ ਤਾਂ ਲੋਕਾਂ ਨੇ ਤਾਂ ਅੱਗੇ ਤਾਂ ਹੋਣੇ ਆ ਟੈਪਰ ਤਾਂ ਹੋਣੀ ਆ ਤੁਸੀਂ ਇੱਕ ਡਾਂਸਰ ਦਾ ਕੁੜੀ ਮਾਡਲ ਦਾ ਜਿਹੜਾ ਮੁੱਦਾ ਵੀ ਦੇਖਿਆ ਹੋਣਾ ਇੱਥੇ ਗਲਾਸ ਮਾਰਿਆ ਜੀ ਉਹਦੇ ਬਾਰੇ ਕੀ ਰਣਜੀਤ ਮਣੀ ਸੋਚਦਾ ਕਿਉਂਕਿ ਤੁਹਾਡੇ ਨਾਲ ਅਕਸਰ ਵਾਪਰਦਾ ਰਹਿੰਦਾ ਸਟੇਜਾਂ ਤੇ ਕਿਉਂਕਿ ਕਦੇ ਕਿਸੇ ਫੁੱਫੜ ਨੇ ਆ ਕੇ ਕਹਦਾ ਵੀ ਆਹ ਲਾ ਦੇ ਵੀ ਕਦੇ ਕਿਸੇ ਮਾਮੇ ਨੇ ਕਹਤਾ ਚਾਚੇ ਨੇ ਕਹਤਾ ਕਲਾਕਾਰ ਨੂੰ ਬੜਾ ਕੁਝ ਸ ਬੜਾ ਕੁਝ ਦੇਖਣਾ ਪੈਂਦਾ ਸਟੇਜ ਉੱਤੇ ਬੜਾ ਕੁਝ ਸੁਣਨਾ ਪੈਂਦਾ ਤੁਹਾਡਾ ਜਿਹੜਾ ਜਿਹੜੀ ਮਤਲਬ ਵੈਲ ਪਾਵਰ ਹੋਣੀ ਚਾਹੀਦੀ ਤੁਹਾਨੂੰ ਇੱਕਦਮ ਤੁਹਾਡਾ ਹਾਈ ਟੈਂਪਰ ਨਹੀਂ ਹੋਣਾ ਚਾਹੀਦਾ ਮੇਰਾ ਖਿਆਲ ਨਹੀਂ ਹੋਣਾ ਚਾਹੀਦਾ ਪਰ ਜਵਾਨੀ ਦਾ ਜੋਰ ਜਲਵਾ ਉਦੋਂ ਤਾਂ ਬਹੁਤ ਕੁਝ ਹੋ ਜਾਂਦਾ ਨਹੀਂ ਐਸੀ ਗੱਲ ਨਹੀਂ ਐਸੀ ਜਵਾਨੀ ਵਿੱਚ ਹਿੱਟ ਹੋਏ ਨਹੀਂ ਉਦੋਂ ਮੈਂ ਇੱਕ ਦਿਖਾਇਆ ਕੋਈ ਜਲਵਾ ਕਿ ਲੋਕਾਂ ਨੇ ਪਿਆਰ ਹੀ ਮਿਲਿਆ ਲੋਕਾਂ ਨੇ ਜੇ ਕਿਸੇ ਨੇ ਕਹਿ ਦਿੱਤਾ ਤਾਂ ਉਹਨੂੰ ਅਸੀਮ ਖੜੇ ਮੈਥੇ ਪ੍ਰਵਾਹ ਵੀ ਕੀਤਾ ਕੋਈ ਗੱਲ ਨਹੀਂ ਯਾਰ ਜੇ ਸਾਥੋਂ ਗਲਤੀ ਹੋਈ ਹੈ ਤਾਂ ਮaaf ਕਰ ਦਿਓ ਨਹੀਂ ਇੱਕ ਵਾਰੀ ਮੈਂ ਮਾਨਕ ਸਾਹਿਬ ਨਾਲ ਇਸ ਵੱਡੀ ਹੈ ਤੁਸੀਂ ਇਸ ਗੱਲ ਡਾਂਸਰ ਦੀ ਕੀਤੀ ਨਾ ਉਸ ਕੋਲ ਹਾਂਜੀ ਹ ਉਦੋਂ ਜੇ ਕਿਸੇ ਨੇ ਤੁਹਾਨੂੰ ਪਿਆਰ ਦੇ ਨਾਲ ਕਹਤਾ ਵੀ ਤੁਸੀਂ ਮੇਰੇ ਨਾਲ ਡਾਂਸ ਕਰ ਲੋ ਯਾਰ ਜਾਂ ਚਲੋ ਜੇ ਜੇ ਬੰਦਾ ਗਲਤ ਹਰਕਤ ਨਾ ਕਰੇ ਕੋਈ ਜੇ ਕੋਈ ਗਲਤ ਹਰਕਤ ਕਰਦਾ ਫਿਰ ਬਹੁਤ ਮਾੜੀ ਗੱਲ ਹੈ ਜੇ ਉਹਨੇ ਕਹਤਾ ਤਾਂ ਇਹ ਥੋੜੀ ਤੁਸੀਂ ਗਾਲਾਂ ਕੱਢਣ ਲੱਗੀਆਂ ਉਹਨੂੰ ਅਗਰ ਜੇ ਤੁਸੀਂ ਗਾਲ ਕੱਢੋਗੇ ਤਾਂ ਫਿਰ ਕਲਾਸ ਹੀ ਖਾਓਗੇ ਨਾ ਕਿਸੇ ਤਾਂ ਮਾੜੀ ਗੱਲ ਹੈ ਨਾ ਨਹੀਂ ਪਰ ਪਰ ਉਹਦੇ ਵਿੱਚ ਜਿੰਨਾ ਕਿ ਸਾਹਮਣੇ ਆਇਆ ਵੀ ਮੁੰਡੇ ਵੱਲੋਂ ਵੀ ਕੁਝ ਕਹਿੰਦੇ ਕਹਿੰਦੇ ਬਤਸਲੂਕੀ ਕੀਤੀ ਗਈ ਆ ਇਟ ਮੀਨਸ ਦਾ ਲੋਕਾਂ ਨੇ ਕਹਿਣਾ ਵੀ ਤੁਸੀਂ ਕੁੜੀ ਦੇ ਹੱਕ ਦੇ ਵਿੱਚ ਨਹੀਂ ਖੜੇ ਤੁਸੀਂ ਨਹੀਂ ਜਿੰਨਾ ਕਿ ਮੈਂ ਦੇਖਿਆ ਜਿੰਨੇ ਕਿ ਮੈਂ ਵੀਡੀਓ ਦੇਖੀ ਉਹਦੇ ਵਿੱਚ ਸਿਰਫ ਕੁੜੀ ਗਾਲਾ ਘੜ ਦੇਖੀਏ ਕਿ ਗਲਾਸ ਉਹ ਗਲਾਸ ਨੇ ਬਾਅਦ ਚ ਮਾਰਿਆ ਹੂੰ ਪਹਿਲਾਂ ਕੁੜੀ ਨੇ ਗਾਲ ਕੱਢੀ ਹੈ ਠੀਕ ਹੈ ਬਾਅਦ ਵਿੱਚ ਗਲਾਸ ਮਾਰਿਆ ਨਹੀਂ ਪਰ ਲੱਗਦਾ ਨਹੀਂ ਹੈਗਾ ਬਾਈ ਵੀ ਇਹ ਕਿਉਂ ਸਾਡੇ ਲੋਕ ਨੇ ਜਿਹੜੇ ਜਿਹੜੇ ਸਮਾਜਿਕ ਤੌਰ ਤੇ ਜਦੋਂ ਤੁਹਾਡੇ ਗਾਣੇ ਚੱਲਦੇ ਸੀ ਤਾਂ بڑے ਪਰਿਵਾਰਕ ਹੋ ਕੇ ਸੁਣਦੇ ਸੀ ਜੀ 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 ਹੁਣ ਤਾਂ 2024 ਹੈ ਲੋਕ ਹੁਣ ਹਰ ਗੱਲ ਨੂੰ ਵਾਚਦੇ ਨੇ ਸਿਆਣੇ ਨੇ ਪਰ ਫਿਰ ਜਦੋਂ ਕੋਈ ਨੱਚਣ ਵਾਲੀ ਜਾਂ ਕੋਈ ਗਾਉਣ ਵਾਲੀ ਲੱਗੀ ਹੁੰਦੀ ਹੈ ਫਿਰ بڑے ਬਿਕਾਬੂ ਕਿਉਂ ਹੋ ਜਾਂਦੇ ਆ ਅਸੀਂ ਦੋ ਪੈਗ ਲਾ ਕੇ ਇੱਕ ਦਿਨ ਜਦੋਂ ਤੁਸੀਂ ਗਲਤ ਹਰਕਤਾਂ ਕਰੋਗੇ ਸਟੇਜ ਉੱਤੇ ਗਲਤ ਡਾਂਸ ਕਰੋਗੇ ਗਲਤ ਸਟੈਪ ਲਾਓਗੇ ਤੁਸੀਂ ਤੋ ਲੋਕਾਂ ਨੇ ਤਾਂ ਅੱਗੇ ਤੋਂ ਹੋਣੇ ਐ ਟੈਂਪਰ ਤਾਂ ਹੋਣੀ ਐ ਨਾ ਲੋਕਾਂ ਨੇ ਹੁਣ ਜੰਗ ਜਨਰੇਸ਼ਨ ਆ ਖੂਨ ਗਰਮ ਹੈ ਇੱਕ ਪੈਗ ਲੱਗ ਜਾਂਦਾ ਉਤੋਂ ਜੇ ਤੁਸੀਂ ਗਲਤ ਉਹਨਾਂ ਨੂੰ ਸਟੈਪ ਕਰਕੇ ਦਿਖਾਓਗੇ ਤੇ ਗਲਤ ਡਾਂਸ ਗਲਤ ਕਰੋਗੇ ਤੁਸੀਂ ਤੋ ਦੂਜੇ ਵਾਰ ਮੈਂ ਕਹਿਣਾ ਚਾਹੁੰਦਾ ਤੇ ਫਿਰ ਫਿਰ ਤੁਸੀਂ ਫਿਰ ਗਾਲ੍ਹਾਂ ਖਾਣੇ ਪਰ ਲੱਗਦਾ ਭਾਈ ਕਲਾਕਾਰਾਂ ਦੀ ਵੀ ਕਮੀ ਰਹੀ ਹੈ ਜਿਨ੍ਹਾਂ ਨੇ ਕਰੋੜਾ 20 15-15 ਲੱਖ ਰੇਟ ਕਰਤੇ ਤੇ ਫਿਰ ਲੋਕ ਵੀ ਕੀ ਕਰਨ ਫਿਰ ਉਹਨਾਂ ਨੇ ਤਾਂ ਇਹੋ ਜਿਹਾ ਕੁਝ ਸੁਣਨਾ ਨਹੀਂ ਐਸੀ ਐਸੀ ਗੱਲ ਨਹੀਂ ਭਾਜੀ ਜੇ ਲੋਕ ਕਹਿਣ ਤਾਂ ਜੇ ਤੁਸੀਂ ਬੁੱਕ ਕਰਕੇ ਹੋ ਕਹਿੰਦਾ ਨਾ ਸੱਭਿਆਚਾਰ ਗਰੁੱਪ ਐ ਨਾ ਨਾ ਤਾਂ ਸੱਭਿਆਚਾਰ ਗਰੁੱਪ ਰੱਖਿਆ ਨੀ ਪਰ ਸਟੇਜ ਤੇ ਸਟੇਜ ਉੱਤੇ ਤੁਸੀਂ ਕੀ ਕਰਦੇ ਹੋ ਉਹ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਬਿਲਕੁਲ ਕਿਦਾਂ ਐਕਸ਼ਨ ਕਰਦੀਆਂ ਕੁੜੀਆਂ ਨੇ ਕਿਦਾਂ ਦੇ ਇਸ਼ਾਰੇ ਕਰਦੀਆਂ ਨੇ ਤੇ ਉਹ ਸਿਰਫ ਪੈਸੇ ਕਮਾਉਣ ਦਿਖਾਤ ਨਹੀਂ ਪਰ ਲੱਗਦਾ ਇਹਦੇ ਵਿੱਚ ਵੀ ਸਾਡੇ ਮਰਦਾਂ ਦਾ ਦੂਰਾ ਰੂਪਾ ਹੁਣ ਚਲੋ ਸਵਾਲ ਤੁਹਾਨੂੰ ਕੋੜਾ ਲੱਗ ਜਾਣਾ ਇੱਥੇ ਗੱਲ ਦੇ ਵਿੱਚ ਵੀ ਉੱਥੇ ਸਾਡੇ ਹੀ ਬੰਦੇ ਕਹਿੰਦੇ ਆ ਫੋਟੋ ਦਿਖਾ ਕੇ ਵੀ ਆਹ ਕੁੜੀ ਨਾਲ ਆ ਜਾਂਦਾ ਢਿੱਲਾ ਡਾਂਸ ਕਰਦੀ ਐ ਕੋਈ ਚੱਕ ਮਾਜਾ ਡਾਂਸ ਵਾਲੀ ਲੈ ਕੇ ਮੈਨੂੰ ਉਹੀ ਗੱਲ ਕਹਿਣ ਲੱਗਾ ਨਾ ਸੌਰੀ ਜੇ ਤੁਸੀਂ ਪਹਿਲਾਂ ਜਦ ਬੁੱਕ ਕਰ ਗਰੁੱਪ ਨੂੰ ਜਿਹੜਾ ਬੁੱਕ ਕਰਦੇ ਉਸ ਤੋਂ ਪਹਿਲਾਂ ਕਹੋ ਵੀ ਆ ਕੁੜੀ ਸਾਡੇ ਇਹ ਵੱਖਰੀ ਵੱਖਰੀ ਹੋਣਾ ਚਾਹੀਦਾ ਇਹ ਚ ਕੋਈ ਗਲਤ ਡਾਂਸ ਨਹੀਂ ਕਰਨਾ ਚਾਹੀਦਾ ਕੱਪੜੇ ਪੂਰੇ ਹੋਣੇ ਚਾਹੀਦੇ ਆ ਜੇ ਤੁਸੀਂ ਬੋਕ ਕਰਨ ਲੱਗੇ ਪਹਿਲਾਂ ਉਹਨਾਂ ਸ਼ਰਤਾਂ ਇਹ ਰੱਖੋ ਤਾਂ ਮੇਰਾ ਖਿਆਲ ਉਹ ਵੀ ਐਸੇ ਗਲਤ ਡਾਂਸ ਨਹੀਂ ਕਰਨਗੀਆਂ ਕੁੜੀਆਂ ਗਲਤ ਇਸ਼ਾਰੇ ਨਹੀਂ ਕਰਨਗੀਆਂ ਪਰ ਬਾਈ ਇੱਕ ਗੱਲ ਹੈ ਜਿਵੇਂ ਉੱਥੇ ਅਸੀਂ ਜਾਂਦੇ ਵੀ ਹਾਂ ਜੇ ਇਹ ਗੱਲ ਤੇ ਥੋੜੀ ਜਿਹੀ ਹੋਰ ਚਰਚਾ ਮੈਂ ਚਾਹਣਾ ਵੀ ਛੇੜੀਏ ਵੀ ਬਜ਼ੁਰਗ ਵੀ ਨੇ ਜਿਹੜੇ ਬੇਕਾਬੂ ਹੋ ਜਾਂਦੇ ਨੇ ਇਹਨਾਂ ਸਾਰਾ ਕੁਝ ਵੇਖ ਕੇ ਉਹ ਤੁਸੀਂ ਵੀ ਵੇਖਦੇ ਹੋ ਕੋਈ ਕੋਈ ਆਉਂਦਾ ਜਾਂ ਬੈਠ ਬੁੜੇ ਦੇ ਟਾਂਗ ਤੇ ਇਹ ਲਾ ਦੇ ਮੈਂ ਤਾਂ ਨੱਚਣਾ ਅੱਜ ਰਲ ਕੇ ਗਜ਼ਾਰਾਂਗੇ ਰਾਤ ਇਹੋ ਜਿਹੇ ਗਾਣਿਆਂ ਤੇ ਤਾਂ ਤੁਸੀਂ ਇਹ ਚੀਜ਼ ਦੀ ਮਾਨਸਿਕਤਾ ਤੁਸੀਂ ਤਾਂ ਲੋਕਾਂ 'ਚ ਰਹਿੰਦੇ ਹੋ ਵੀ ਸਾਡੇ ਸਾਡੇ ਲੋਕ ਨੇ ਇਹਨਾਂ ਦੇ ਅੰਦਰ ਜਿਹੜਾ ਕਾਮਕ ਭਾਵ ਕਿਉਂ ਵੱਜ ਜਾਂਦਾ ਈ ਦੀ ਛੇਤੀ ਪਾਰਾ ਕਿਉਂ ਹਾਈ ਹੋ ਜਾਂਦਾ ਫੇਰ ਉਹੀ ਗੱਲ ਤੁਸੀਂ ਕਰਦੇ ਹੂੰ ਇਹ ਜੇ ਤੁਸੀਂ ਕਾਮਕ ਡਾਂਸ ਕਰਨਾ ਮੁਰੇ ਹੂੰ ਉਹ ਇੱਕ ਜੱਡਾ ਵੱਡਾ ਮਹੀ ਰੱਬ ਤਾਂ ਨਹੀਂ ਗਿਆ ਬੰਦਾ ਹਾਂ ਬੰਦਾ ਰੱਬ ਨਹੀਂ ਨਾ ਠੀਕ ਹੈ ਤੂੰ ਤਾਂ ਭੜਕੂਗਾ ਹੀ ਹਾਂ ਜੇ ਤੁਸੀਂ ਡਾਂਸ ਇਦਾਂਦ ਕਰਨਾ ਹੈ ਮੈਨੂੰ ਦੱਸਣਾ ਨਹੀਂ ਚਾਹੁੰਦਾ ਜ਼ਰੂਰਤ ਨਹੀਂ ਲੱਕ ਲੱਗਿਆ ਕਰਕੇ ਡਾਂਸ ਕਰਨ ਗੱਦਾ ਹੀ ਪੈਸਾ ਦਾ ਭਗੜਾ ਪੈਸਾ ਦਾ ਵਧੀਆ ਸਾਡੇ ਕੁੜੀਆਂ ਬੰਦੀ ਨੇ ਗੱਦਾ ਵਿਆਹ ਸ਼ਾਦੀ ਦੇ ਵਿੱਚ ਘਰੇ ਲੋ ਕੁੜੀਆਂ ਬੁੜੀਆਂ ਬੰਦੀਆਂ ਨੇ ਉੱਥੇ ਰੇ ਮੈਂ ਤਾਂ ਕੰਮ ਹੁੰਦਾ ਸਟੇਜ ਤੇ ਕਿਉਂ ਕੰਮ ਹੁੰਦਾ ਇਹ ਗਲਤ ਡਾਂਸ ਕਰਨ ਕਰਕੇ ਗਲਤ ਇਸ਼ਾਰੇ ਕਰਨ ਕਰਕੇ ਗਲਤ ਠੰਮਕੇ ਲਾਉਣ ਕਰਕੇ ਜਿਹੜੇ ਅਸੀਂ ਲੋਕਾਂ ਨੂੰ ਖੁਦ ਕੰਮ ਕੰਮ ਕਰਦੇ ਆ ਠੀਕ ਹੈ ਇਹ ਕੁੜੀਆਂ ਦਾ ਕਸੂਰ ਹੈ ਕੁੜੀਆਂ ਦਾ ਕਸੂਰ ਤੇ ਪਰ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਤੁਸੀਂ ਵੀ ਜਾਣਦੇ ਹੋਵੋਗੇ ਜਾਂ ਤੁਹਾਡੇ ਤੋਂ ਕੋਈ ਸਲਾਹ ਲੈਂਦਾ ਹੋਣਾ ਯਾਰ ਅਸੀਂ ਪ੍ਰੋਗਰਾਮ ਲਗਾਉਣਾ ਫਿਰ ਉਹਨਾਂ ਨੂੰ ਕੀ ਕਹਿੰਨੇ ਆ ਵੀ ਕਿੱਦਾਂ ਦਾ ਪ੍ਰੋਗਰਾਮ ਤੁਸੀਂ ਤਾਂ ਬਹੁਤ ਸਾਡੇ ਨਾਲ ਵਿਆਹਾਂ 'ਚ ਜਾਣਦੇ ਹੋ ਤੁਸੀਂ ਕੀ ਦੇਖਦੇ ਹੋ ਵੀ ਇਹ ਲੋਕਾਂ ਦੇ ਅੰਦਰ ਕਿਉਂ ਆਏ ਭਾਵ ਆ ਜਿਹੜਾ ਵਿਆਹਾਂ ਦੇ ਵਿੱਚ ਜਿਹੜੇ ਡੀਜੇ ਲਾਉਣੇ ਨੇ ਫਿਰ ਉਹ ਨਚਾਉਣਾ ਹੀ ਨੇ ਕਿਉਂਕਿ ਉਹ ਤਾਂ ਕਹਿੰਦੇ ਨੇ ਵੀ ਸਾਨੂੰ ਬੁੱਕ ਕਰੋ ਬੁੱਕ ਤਾਂ ਅਸੀਂ ਕਰਦੇ ਆ ਜੇ ਜੀ ਜੀ ਜ ਇਹ ਜਿਹੜੇ ਤੁਸੀਂ ਗੱਲ ਸੱਭਿਆਚਾਰ ਗਰੁੱਪਾਂ ਦੀ ਕਰਦੇ ਆ ਤਾਂ ਗਲਤੀ ਸਾਡੇ ਲੋਕਾਂ ਦੀ ਉਹਨਾਂ ਨੂੰ ਕਿਉਂ ਨਹੀਂ ਕਰਦੇ ਮੈਂ ਉਹ ਹੀ ਕਹਿ ਰਣਾ ਜੇ ਤੁਸੀਂ ਪਹਿਲਾਂ ਪਹਿਲਾਂ ਵੀ ਗੱਲ ਕੀਤੀ ਜੇ ਪਹਿਲਾਂ ਤੁਸੀਂ ਨੂੰ ਕਿਹਾ ਆ ਕੰਮ ਨਹੀਂ ਕਰਨਾ ਤੁਸੀਂ ਆ ਕੱਪੜੇ ਨਹੀਂ ਪਾਣੇ ਆ ਡਾਂਸ ਨਹੀਂ ਕਰਨਾ ਦੰਦਾ ਤੇ ਰਹੀ ਗੱਲ ਹਾਂ ਜਿਹੜੀ ਤੁਸੀਂ ਕਹਿੰਦੇ ਆ ਵੀ ਇਹ ਲੋਕਾਂ ਦਾ ਰੁਝਾਨ ਇਧਰ ਨੂੰ ਕਿਉਂ ਗਿਆ ਉਹ ਸਾਡੇ ਖੁਦ ਕਲਾਕਾਰ ਕਰ ਕਲਾਕਾਰ ਕਰਕੇ ਗਿਆ ਠੀਕ ਕੋਈ ਕਲਾਕਾਰ ਦਾ ਇੱਕ ਗਾਣਾ ਹਿੱਟ ਹੁੰਦਾ ਮੇਰੇ ਵਰਗੇ ਦਾ ਹਮ ਉਸਤੇ ਕੰਪਿਊਟਰ ਤੇ ਗਾਉਂਦਾ ਠੀਕ ਇੱਕ ਗਲਾਈਨ ਕਰਕੇ ਸਟੇ ਤੇ ਗਾ ਨਹੀਂ ਜਾਂਦਾ ਉਹ ਤੋਂ ਰੁਪਈਆ ਮੈਂ ਤਾਂ 5 ਲੱਖ ਉ ਬਾਅਦ ਚ ਲੋਕਾਂ ਤੋਂ ਗਾਲਾਂ ਕੱਢਦਾ ਤੇ ਲੋਕ ਜਿਹੜੇ ਬੁੱਕ ਕਰਕੇ ਹੁੰਦੇ ਘਰੋਂ ਕਰਦੇ ਹਮਮ ਇਸੇ ਤਰ੍ਹਾਂ ਕਰਦੇ ਉਹ ਰਸਤੇ ਰੋਨ ਗਾਲਾਂ ਕੱਢਦੇ ਤੂੰ ਕਿਹੜੇ ਬੰਦੇ ਨੇ ਬੁੱਕ ਕਰਾਇਆ ਹਮਮ ਫਿਰ ਕੀ ਕੀਤਾ ਕੀ ਕਰੇ ਫਸਿਆ ਉਹ ਕਹਿੰਦਾ ਚੱਲ ਡੀਜੇ ਲਵਾ ਲੋ ਹਾਂਜੀ ਉਹ ਫਿਰ ਇਹ ਦੇਖਦੇ ਕਿ ਲੋਕਾਂ ਨੇ ਲੋਕਾਂ ਨੇ ਕਿਹਾ ਚੱਲ ਇੱਕ ਤਾਂ ਹਰ ਤਰ੍ਹਾਂ ਦਾ ਗਾਣਾ ਸੁਣਨ ਨੂੰ ਮਿਲ ਜਾਂਦਾ ਹਮਮ ਤੇ ਚੰਗਾ ਡਾਂਸ ਮਿਲ ਜਾਂਦਾ ਸੁਣ ਦੇਖਣ ਨੂੰ ਇਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਇਹਦਾਂ ਹੋਇਆ ਜੇ ਕਲਾਕਾਰ ਸਿੱਧੇ ਹੋਣ ਤਾਂ ਜੇ ਆਪਣੇ ਖਰਚਿਆਂ ਦੀ ਪੇਮੈਂਟ ਲੈ ਕੇ ਥੋੜਾ ਬਹੁਤ ਬਚਾ ਲੈਣ ਤਾਂ ਮੇਰੇ ਖਿਆਲ ਵੀ ਲੋਕ ਉਧਰ ਦੇ